ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆ ਬਿਜਲੀ ਦੇ ਖੰਬੇ ਨਾਲ ਕਾਰ ਦੀ ਹੋਈ ਭੈੜਕ ਜਬਰਦਸਤ ਟੱਕਰ ਪੰਜ ਲੋਕਾਂ ਦੀ ਹੋਈ ਮੌਤ ਤਾਜ਼ਾ ਵੱਡੀ ਖਬਰ ਆ ਚੁੱਕਿਆ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਾਂ ਤੇ ਵੀਡੀਓ ਨੂੰ ਹੱਥ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਾਣਕਸਾਡ ਕਾਸਾ ਉੱਤਪਰਦੇਸ਼ ਤੋਂ ਸਾਹਮਣੇ ਹੈ ਜਿੱਥੇ ਵੀਰਵਾਰ ਦੀ ਸਵੇਰ ਨੂੰ ਇੱਕ ਟਵੇਰਾ ਕਾਰ ਬੇਕਾਬੂ ਹੋ ਕੇ ਪਰੀਆਗਰਾਜ ਦੇ ਵਿੱਚ ਬਿਜਲੀ ਦੇ ਖੰਬੇ 'ਚ ਜਾ ਟਕਰਾ ਗਏ ਜਿਸ ਕਾਰਨ ਇਸ ਤਸਵਾਰ 5 ਲੋਕਾਂ ਦੀ ਘਟਨਾ ਸਾਹਮਣੇ ਮੋੜ ਹੋ ਗਈ ਜਿਨ੍ਹਾਂ ਵਿੱਚੋਂ ਇੱਕ ਬੱਚੇ ਸਮੀ ਚਾਰ ਉਰਤਾ ਸ਼ਾਮਲ ਹਨ ਉੱਤੇ ਹੀ ਆਸ ਤੇ ਜ਼ਖਮੀ ਹੋਏ ਬਾਕੀ ਲੋਕਾਂ ਨੂੰ ਹਸਪਤਲ ਪਹੁੰਚਾਇਆ ਗਿਆ ਹੈ ਹਾਸਾ ਉਸੇ ਵਾਪਰਤ ਦੋ ਪਿੰਡਸ ਰਾਏ ਲਾਲ ਸ਼ਿਵਗੁਰ ਤੋਂ ਕੁਝ ਲੋਕ ਪ੍ਰਿਆਗਰਾਜ ਜਾ ਰਹੇ ਸਨ ਇੱਕ ਧਾਰਮਿਕ ਅਸਥਾਨ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ ਇਹ ਕਾਰ ਦੀ ਹਫਤਾਰ ਵਦੇਰੇ ਹੋਣ ਕਾਰਨ ਕਾਰ ਦੀ ਬਕਾਬੂ ਹੋਣ ਤੇ ਚਲਦਿਆ ਹੋਇਆ ਹੈ ਬਜਲੀ ਦੇ ਖੰਭੇ ਨਾਲ ਟਕਰਾਨ ਕਰਨ ਆ ਜਿਹਾ ਬਿਆਨ ਸੜਕ ਆਸਰਾ ਸ਼ਿਕਾਰ ਹੋ ਗਈ ਇਸ ਘਟਨਾ ਦੀ ਜਾਣਕਾਰੀ ਮਿਲਦੀ ਮੁੱਖ ਮੰਤਰੀ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੋ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਨ ਦੇ ਲਈ ਭੇਜਿਆ ਜਾ ਰਿਹਾ ਹੈ ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ